ਅਦਰਾਦਰੇਲਾ ਵਤਨ ਨਹੀਂ ਪਰਦੇਸ ਸੱਜੇ ਹੱਥ ਨਾਲ ਭੇਣ ਆਲੀ ਦੇਖੇ ਮੈਂ ਤਾਂ ਪਰਦਾ ਹਟਾਏ ਸੁਲਤਾਨੇ ਕਰਬਲਾ ਸ਼ਰੀਕਤ ਹੁਸੈਨ ਬੀਬੀ ਨੂੰ ਅੰਗੁਸ਼ਤ ਸ਼ਹਾਦਤ ਦਾ ਇਸ਼ਾਰਾ ਕਰਕੇ ਫਰਮਾਇੰਦੇ ਨੇ ਜ਼ੈਨਬ ਭੇਣ ਇਹ ਵੇਖੇ ਨਾ ਕਰਬਲਾ ਜਿਹੜੀ 9 ਲੱਖ ਇਕੱਠੀ ਹੋ ਗਈ ਹੁਣ ਮੈਂ ਹੁਸੈਨ ਦਾ ਬਚਣ ਮਹਾਲ ਹੈ ਸ਼ਰੀਕਤ ਹੁਸੈਨ ਬੀਬੀ ਗਯੂਰ ਅਜ਼ਦਾਰੋਂ ਯੂ ਲਫ਼ਜ਼ ਸੁਣਨ ਕਾਇਨਾਤ ਦੀ ਕਰੀਮ ਸੈਯਦਾਦੀ ਇੰਜ ਆਈਏ ਜਿਉਂ ਤਾਂ ਸਰਵਾਣੀ ਤੋਂ ਪੈਂਦੇ ਅਕੀਲੇ ਕੁਰੇਸ਼ ਬੀਬੀ ਫੇਰਾ ਹੁਸੈਨ ਦੇ ਗੱਲੇ ਚ ਬਾਈ ਪਾਈ ਨਾਜ਼ਮ ਕਾਇਨਾਤ ਹੁਸੈਨ ਦੀ ਪਹਿਚਾਨੀ ਤੇ ਬੋਸ ਦੇ ਕੇ ਫਰਮਾਂਦੀ ਸ਼ਬੀਰ ਅਮੰਦ ਜਾਇਆ ਇਹ ਜਿਹੜੀ 9 ਲੱਖ ਇਕੱਠੀ ਹੋਈ ਪਈ ਹੈ ਇਹਨਾਂ ਚ ਤੇਰਾ ਕੋਈ ਨੀ ਲੱਗਦਾ ਅਲਹਮਦੁਲਿਲਾ ਮਲਕ ਸ਼ਾਮ ਬੀਬੀ ਰਾਜ਼ੀ ਹੋਏ ਤੇਰਾ ਕੋਈ ਨੀ ਲੱਗਦਾ ਤੇਰਾ ਕੋਈ ਨੀ ਲੱਗਦਾ ਨਵਾਬੇ ਕਰਬਲਾ ਦੀ ਆਵਾਜ਼ ਪਈ ਆਂਦੀ ਜ਼ੈਨਬ ਭੇਣ ਅਗਰ ਸੱਚ ਪੁੱਛਦੀ ਏ ਇਹ ਕਰਬਲਾ ਜਿਹੜੀ 9 ਲੱਖ ਇਕੱਠੀ ਹੋਈ ਏ ਮੈਂ ਹੁਸੈਨ ਦੇ ਕਤਲ ਵਾਸਤੇ ਇਕੱਠੀ ਹੋਈ ਬੀਬੀ ਫਰਮਾਨੀ ਸ਼ਬੀਰ ਅਮਨ ਦਾ ਜਾਇਆ ਜਿੱਦਾਂ ਤੈਨੂੰ ਤੇ ਮੈਂ ਵਤਨ ਮਦੀਨਾ ਛੋੜਾਈ ਮਾਜ਼ਾ ਹਰਾ ਦੀ ਜ਼ਰੀ ਤੇ ਤੈਂ ਸ਼ਹੀਦਾਂ ਦੀ ਲਿਸਟ ਬਣਾਈ ਆਈ ਉਸ ਲਿਸਟ ਦੇ ਵਿੱਚ ਤੈਂ ਸ਼ਹੀਦ ਮੈਂ ਅਬਦੁੱਲਾ ਤਮੀਮੀ ਦਾ ਨਾਂ ਲਿਖਾਈ ਭੇਣ ਦੇ ਸਰ ਤੇ ਬਹੁਤ ਸਦੇ ਕੇ ਫਰਮਾਇੰਦੇ ਨੇ ਜ਼ੈਨਬ ਭੇਣ ਨਰਵਾ ਲਿਖਾ ਆਈ ਪਰ ਹੁਸੈਨ ਦੀਆਂ ਮਜਬੂਰੀਆਂ ਢੇਰ ਸਾਰੀਆਂ ਬੀਬੀ ਅਦੀ ਸ਼ਬੀਰ ਅਮਨ ਦਾ ਜਾਇਆ ਦੱਸਾ ਕਿਹੜੀ ਮਜਬੂਰੀ ਹੈ ਕਾਇਨਾਤ ਦੀ ਬਾਦਸ਼ਾਹ ਦੀ ਪੁੱਛਾ ਹੈ ਲਜਪਾਲ ਇਮਾਮ ਭੇਣ ਦੇ ਸਰ ਤੇ ਬਹੁਤ ਸਦੇ ਕੇ ਫਰਮਾਇੰਦੇ ਨੇ ਪਹਿਲੀ ਮਜਬੂਰੀ ਹੈ ਉਹਦੇ ਹੱਥਾਂ ਦੇ ਮਹਿੰਦੀ ਦੇ ਸਗਨ ਮੌਜੂਦ ਹਨ ਨਵੀਂ ਨਵੀਂ ਉਸਦੀ ਸ਼ਾਦੀ ਹੋਈ ਹੋਈ ਹੈ ਹੋ ਸਕਦਾ ਹੈ ਮੈਂ ਕਰਬਲਾ ਦਾ ਸੁਲਤਾਨ ਬਾਦਸ਼ਾਹ ਹੁਸੈਨ ਖਤ ਲਿਖਾਂ ਸ਼ਹੀਦ ਕਰਬਲਾ ਨਾ ਪਹੁੰਚੇ ਬੀਬੀ ਅਦੀ ਸ਼ਬੀਰ ਅਮਨ ਜਾਇਆ ਖਤੋਂ ਲਿਖ ਦਸਤ ਖਤ ਮੈਂ ਜ਼ੈਨਮ ਕਰੇ ਸਾਂ ਸ਼ਹੀਦ ਜਿੱਥੇ ਹੀ ਹੋਇਆ ਕਰਬਲਾ ਪਹੁੰਚ ਵੈਸੀ ਖਤ ਲਿਖਿਆ ਸੈਯਦ ਦੀ ਆਵਾਜ਼ ਵੀ ਆਉਂਦੀ ਅਬਾਸ ਖਤ ਲਿਖ ਮੌਲਾ ਕੇ ਕੋ ਸ਼ਹੀਦ ਬਿਨ ਅਬਦੁੱਲਾ ਤਮੀਮੀ ਕੋ ਅਦਨ ਮੌਲਾ ਕਿਉਂ ਆਖਰੀ ਜੁਮਲਾ ਤਮਹੀਦ ਦਾ ਕਿਉਂ ਸੈਯਦ ਦੀ ਆਵਾਜ਼ ਵੀ ਆਉਂਦੀ ਕਰਬਲਾ ਕਿ ਮੇਰੀ ਮਦਦ ਕਰੇ ਮਦਦ ਲਾਵਣ ਦੀ ਦੇ ਰਹੀ ਲਖਤ ਜਿੰਬ ਰਹੀ ਜਨਾਬੇ ਉਮਲ ਬਨੀ ਦਾ ਮੱਥਾ ਸ਼ਬੀਰ ਦੀ ਯਕੂਦੀ ਨਾਲ ਇੰਤਮੰਜ ਲੱਗਿਆ ਮੁਹੰਮਦ ਦੇ ਪੋਤਰ ਦੇ ਕਦਮ ਤੇ ਬਹੁਤ ਸਦੇ ਕੀ ਫਰਮਾਇੰਦੇ ਮਾਂ ਦੇ ਖਾਲੀ ਵੱਲਣ ਦਾ ਵਸਤੇ ਕਰਬਲਾ ਗੈਰਾਂ ਨੂੰ ਸਦੈਨ ਮੈਂ ਸ਼ੌਬਾਸ ਦੇ ਪਰ ਕਿਉਂ ਬੰਦ ਛੋੜੇ ਨੀ ਮੈਂ ਅਬਾਸ ਨੂੰ ਇਜਾਜ਼ਤ ਦੇ 9 ਲੱਖ ਜਾਣੇ ਮੈਂ ਗਾਜ਼ੀ ਜਾਣਾ ਗੈਰਤਮੰਦ ਜ਼ਦਾਰੋਂ ਖਤ ਲਿਖਿਆ ਸੈਯਦਾ ਦੇ ਜੌਨ ਖਤ ਚਾ ਸ਼ਹੀਦ ਬਿਨ ਅਬਦੁੱਲਾ ਤਮੀਮੀ ਬਸਰੇ ਦੇ ਰਾਵਣ ਵਾਲੇ ਉਹਦੇ ਦਰਵਾਜ਼ੇ ਤੇ ਇੱਕ ਖਤ ਮੰਨ ਕੇ ਜਾ ਕੇ ਦੇਵੇਂ ਜੌਨ ਜ਼ਦਾਰੋਂ ਖਤ ਚਾਇਆ ਹਰ ਰਾਤ ਦਾ ਟਾਈਮ ਹੀ ਸਫ਼ਰ ਕਰੇਂ ਹੋਇਆ ਅੱਜ ਸੁਬਹ ਦੀਆਂ ਨਮਾਜ਼ਾਂ ਪੜ੍ਹ ਕੇ ਲੋਕ ਬਸਰੇ ਦੀਆਂ ਮਸੀਤਾਂ 'ਚ ਬਹਿਰ ਪੈਂਦੇ ਹਨ ਇਹ ਸ਼ਹੀਦ ਦੇ ਦਰਵਾਜ਼ੇ 'ਤੇ ਇੱਕ ਜੌਨ ਦਖਲਬਾਬ ਕੀਤੀ ਸ਼ਹੀਦ ਜਲਦੀ ਨਾਲ ਦਰਵਾਜ਼ੇ 'ਤੇ ਆਇਆ ਅਦੇ ਕੌਣ ਅਦੇ ਕਾਸਿਦ ਕਹਿੰਦਾ ਮੁਰਸ਼ਦ ਹੁਸੈਨ ਦਾ ਅਦੇ ਆ ਤਲੇ ਲੈ ਆ ਤੇਕੋ ਖਾਣਾ ਖਿਲਾਵਾਂ ਤੇਕੋ ਪਾਣੀ ਪਿਲਾਵਾਂ ਖਾਣੇ ਤੇ ਪਾਣੀ ਦਾ ਨਾਂ ਛਾਇਆ ਜੌਨ ਦੀਆਂ ਖਿੰਜ ਵਸੀਆਂ ਜੋ ਸਾਵਣ ਦੇ ਬਦਲ ਵਸਦੇ ਨੇ ਹੈਵਾਨ ਦੀ ਕੋਚ ਤੇ ਮੱਥਾ ਮਾਰ ਗਿਆ ਤੇ ਤੂੰ ਦਾਦੇ ਖਾਣਾ ਤੇ ਪਾਣੀ ਆ ਲੈ ਥੱਲੇ ਕਰਬਲਾ ਉਹ ਦਾਦਾ ਗਰੀਬ ਏ ਹੁਸੈਨ ਕੋਲ ਵਕਤ ਥੋੜਾ ਏ ਖੱਚ ਆਇਆ ਦਰਦਮੰਦੋਂ ਘਰ ਹੀ ਦਾਖਲ ਹੋਇਆ ਮਾਂ ਪੁੱਛ ਕੌਣ ਅਮਾ ਕਾਸਿਦ ਕਹਿੰਦਾ ਮੁਰਸ਼ਦ ਹੁਸੈਨ ਦਾ ਬਚੜਾ ਕੋ ਖਾਣਾ ਪਾਣੀ ਦਾ ਪੁੱਛੇ ਅਮਾ ਪੁੱਛੇ ਤੂੰ ਦੀਆਂ ਅੱਖਾਂ 'ਚ ਵਸਦੀਆਂ ਜੋ ਸਾਵਣ ਦੇ ਬਦਲ ਵਸਦੀਆਂ ਅੱਛਾ ਮੇਡਾ ਬਚੜਾ ਮੈਂ ਤੈਨੀਆਂ ਭੈਣਾਂ ਨੂੰ ਬੋਲੇ ਨਹੀਂ ਹੋ ਸਕਦੇ ਹੁਸੈਨ ਦੇ ਯੂਸਫ ਪੁੱਤਰ ਲਈ ਅਕਬਰ ਦੀ ਸ਼ਾਦੀ ਦਾ ਖਤ ਹੋ ਗੈਰਤਮੰਦ ਗਯੂਰ ਅਜ਼ਦਾਰੋਂ ਸੱਜੀ ਭੈਣਾਂ ਖੜ ਗਈਆਂ ਖੱਬੇ ਭੈਣਾਂ ਖੜ ਗਈਆਂ ਸਾਹਮਣੇ ਖੜ ਗਈ ਜ਼ਈਫ ਮਾਂ ਤੁਰ ਤੁਰ ਪੋਤਰ ਦੇ ਚਿਹਰੇ ਦੇ ਪਾਸੇ ਦੇਖ ਕੇ ਫਰਮਾਉਂਦੀ ਸ਼ਹੀਦ ਖਤ ਖੋਲ ਮਤ ਅਕਬਰ ਦੀ ਸ਼ਾਦੀ ਹੋਵੇ ਸ਼ਹੀਦ ਕਮਲੇ ਹੱਥ ਨਾਲ ਖਤ ਖੋਲੇ ਅਮਾਮੇ ਦੇ ਪੇਜ ਖੁੱਲ ਕੇ ਗੱਲ ਛਾ ਗਏ ਮਾਂ ਦੀ ਰੋਂਦਾ ਕਿਉਂ ਐ ਨਯਾ ਦਿਲ ਮਾਂ ਕਿਉਂ ਐ ਨਾ ਰੋਵਾਂ ਕਿ ਜਦਾਈ ਜੋ ਮੁਰਸ਼ਦ ਹੁਸੈਨ ਖਤ ਲਿਖਦਾ ਈ ਪਹਿਲੀ 70 ਤੇ ਲਿਖਦਾ ਈ ਨਸਰਮ ਮਿਨ ਅੱਲਾ ਓਏ ਵਾ ਫਤਨ ਕਰੀਬ ਅੱਜ ਏਡਾ ਗਰੀਬ ਹੋ ਗਏ ਲਿਖੇ ਸ ਇਲਾ ਲਿਲਾ ਓਏ ਵਾ ਇਲਾ ਇਲੇ ਰਾਜੂਨ ਅਲਹਮਦੁਲਿਲਾ ਮੁਸਾਫਰ ਸ਼ਾਮ ਬੀਬੀ ਰਾਜ਼ੀ ਹੋਵੇ ਅਗੇ ਸ਼ਹੀਦ ਬਚੜਾ ਪਰ ਮੰਡੇ ਮੁਰਸ਼ਦ ਹੁਸੈਨ ਲਿਖਾਇਆ 28 ਰਜਬ ਦੀ ਅਦਰਾਤ ਲੈ ਵਤਨ ਮਦੀਨਾ ਛੋੜ ਦਿੱਤਾ ਹੈ ਸੈਯਦ ਲਿਖਾਇ 2 ਮੁਹਰਮ ਨੂੰ ਕਰਬਲਾ ਆਇਆ 7 ਮੁਹਰਮ ਦਾ ਮੈਂਡਾ ਪਾਣੀ ਬੰਦ ਥੀ ਗਿਆ ਹੈ 9 ਮੁਹਰਮ ਦੇ ਦੀਨ ਲੇਕੋ ਦਾਦਿਆਂ ਸਹਿਰਾਂ ਵਿੱਚ ਮੈਂ ਚਿੱਟੇ ਦੀ ਮੈਂ ਕੁਨਾਨੇ ਦੀ ਉਮਤ ਲੁੱਟ ਪਾਉਣੀ ਹੈ ਸ਼ਹੀਦ ਆਉਣ ਉਹ ਵੀ ਕਰਬਲਾ ਉਹਦੇ ਵੀਰਾਨੇ ਜੰਗਲ 'ਚ ਮੈਂ ਹੁਸੈਨ ਬਾਦਸ਼ਾਹ ਅਕਬਰ ਨੂੰ ਸਿਰ ਪਾਉਣੇ ਦਾਦੀ ਦੀ ਗਰਦ ਪਹਿਲੇ ਆਵੇ
پتا جان شام نہ لگی جاوے الحمدللہ ماں حسن حسین دی راضی ہوئے سعید ختم کرنے دی کوشش کیتی ہے جب عین والے قدم چھا کے دوڑیے ویرا دے دامن چھت پا کے آدھی ویرو نا اجڑ گیا ہے کھاتے پچھلے پاسے گل کئی لکھی ہوئی ہے منہ تے ماتم کر کے آدھے اللہ مان او کلا نہیں او دی زینب جی بہن نالے اما کربلا دا ویران جنگلے او پردادا ماں حسن حسین دی راضی ہوئے سہی تے سہی دی زوجہ گھوڑے دی زینے چاہے غیرت مندوں سفر کرنا شروع کر دیتا ہے تو سہی دی سفر آندہ کریں دائی کربلا دے ویران جنگل جناب علی اکبر نو برچھی لگئی سہی دی سفر آندہ کریں دائی جناب انو محمد مارے گئے سہی دی سفر آندہ کریں دائی جناب علی اسیر نو ترینو کا تیر لگئے سہی دی سفر آندہ کریں دائی کربلا دا سلطان نگری کربلا تے لے گئے سہی دی سفر آندہ کریں دائی یا سہی دا گھوڑا جنگل آنے والے چاہے سعید دی کن پوچھن لگ پئیے بندری دے مخاطب ہو گیا دے کھانے دی لوڑے کھانا دے ہواں پانی دی لوڑے پانی دے ہواں کن تے متھا مار گیا دیے نہ کھانے دی لوڑے نہ پانی دی لوڑے جتنی جلدی ہوندی گھوڑا تیز بھجا آدھے حیوان مروے سیا آر دیے مردہ تے مرن دے ادھا تے دیکھ کربلا دے ویران جنگل چ کوئی گری